Z5 ਐਪ ਡਾਊਨਲੋਡ ਕਰੋ ਤੇ ਵੇਖੋ ਪੂਰੇ ਐਪੀਸੋਡ ਬਿਲਕੁਲ ਫ੍ਰੀ। ਦੇਵਾਂਸ਼, ਤੂੰ ਸਿੱਧਾ ਖੇਤਾਂ ਵੱਲ ਨੂੰ ਜਾ। ਖੇਤਾਂ ਵੱਲ? ਠੀਕ ਹੈ ਗੁਰੂ ਜੀ। ਅੱਛਾ ਜੀ, ਗੁਰੂ ਜੀ ਨੇ ਖੇਤਾਂ ਵੱਲ ਜਾਣ ਨੂੰ ਕਿਹਾ? ਕਰ ਲੈ ਗੱਲ ਆਪਣੀ ਭੈਣ ਦੇ ਨਾਲ। ਨੀਲਮ, ਨੀਲਮ, ਨੀਲਮ ਤੂੰ ਠੀਕ ਤਾਂ ਹੈ ਨਾ? ਕੁਛ ਹੋਇਆ ਤਾਂ ਨਹੀਂ? ਨੀਲਮ, ਬਹੁਤ ਲੰਬੀ ਕਹਾਣੀ ਹੈ, ਮੈਂ ਤੈਨੂੰ ਬਾਅਦ ਚ ਮਿਲ ਕੇ ਦੱਸਾਂਗੀ। ਦੀਦੀ, ਖੈਰ ਲੈਣਾ, ਮੈਨੂੰ ਸ਼ਹਿਰ ਤੋਂ ਦੂਰ ਕਿਸੇ ਤਾਂਤਰਿਕ ਦੇ ਅੱਡੇ ਤੇ ਰੱਖਿਆ ਹੋਇਆ ਤੇ ਮੇਰੇ ਨਾਲ ਸਾਡੇ ਕਿਨਾਂ ਬੋ। ਤੂੰ ਕੁਛ ਜ਼ਿਆਦਾ ਨਹੀਂ ਬੋਲ ਰਹੀ? ਤੈਨੂੰ ਤਾਂ ਹੁਣ ਮੈਂ ਦੱਸਦੀ ਹਾਂ। ਛੱਡੋ, ਛੱਡੋ ਨੀਲਮ ਨੂੰ, ਨੀਲਮ, ਹੋਰ ਨੀਲਮ, ਹੁਣ ਨੀਲਮ, ਛੱਡੋ ਨੂੰ, ਨੀਲਮ ਨੂੰ ਛੱਡੋ ਪਲੀਜ਼। ਇਹ ਮੇਰੇ ਸਾਹਮਣੇ ਜ਼ੁਬਾਨ ਚਲਾਉਣ ਦਾ ਨਤੀਜਾ ਹੈ। ਛੱਡੋ ਨੀਲਮ ਨੂੰ, ਛੱਡੋ, ਮੈਂ ਕਹਿ ਰਹੀ ਹਾਂ ਛੱਡੋ ਉਹਨੂੰ, ਪ੍ਰੈਗਨੈਂਟ ਹੈ, ਪਲੀਜ਼ ਪਲੀਜ਼ ਉਹਦੇ ਨਾਲ ਸਭ ਕੁਝ ਨਾ ਕਰੋ, ਉਹਦੇ ਪੇਟ 'ਚ ਬੱਚਾ ਹੈ। ਨੀਲਮ, ਨੀਲਮ, ਛੱਡੋ, ਛੱਡੋ ਉਹਨੂੰ। ਤੈਨੂੰ ਇਸ ਤਰ੍ਹਾਂ ਤੜਪਦਿਆਂ ਦੇਖ ਕੇ ਮੈਨੂੰ ਬੜਾ ਹੀ ਮਜ਼ਾ ਆ ਰਿਹਾ ਨੇ। ਚਾਹੁੰਦੀ ਤਾਂ ਮੈਂ ਇਹ ਸੀ ਕਿ ਮੈਂ ਤੈਨੂੰ ਆਪਣੇ ਹੱਥਾਂ ਨਾਲ ਖਤਮ ਕਰਾਂ, ਪਰ ਚੱਲ ਕੋਈ ਨੀ। ਪਰ ਮੇਰੇ ਕੋਲ ਤੇਰੀ ਧੀ ਦ੍ਰਿਸ਼ਟੀ ਤਾਂ ਹੈ, ਅੱਜ ਮੈਂ ਉਹਨੂੰ ਆਪਣੇ ਹੱਥਾਂ ਨਾਲ ਖਤਮ ਕਰਾਂਗੀ। ਤੂੰ ਕੀ ਸਮਝਦੀ ਹੈ ਕਿ ਮੈਨੂੰ ਪਤਾ ਨਹੀਂ? ਮੈਂ ਜਾਣਦੀ ਹਾਂ ਕਿ ਇਹ ਦ੍ਰਿਸ਼ਟੀ ਤੇਰੀ ਧੀ ਤੇ ਮਮਤਾ ਦਾ ਪੁਨਰਜਨਮ ਹੈ। ਹੁਣ ਮੈਂ ਇਹਨੂੰ ਆਪਣੇ ਹੱਥਾਂ ਨਾਲ ਖਤਮ ਕਰਾਂਗੀ। ਤੁਸੀਂ ਮੇਰੇ ਨਾਲ ਜੋ ਕਰਨਾ ਨਾ ਤੁਸੀਂ ਕਰ ਲਓ। ਦ੍ਰਿਸ਼ਟੀ, ਦ੍ਰਿਸ਼ਟੀ ਦੇ ਨੀਲਮ ਨੂੰ ਛੱਡ ਦਿਓ। ਦ੍ਰਿਸ਼ਟੀ ਛੋਟੀ ਜਿਹੀ ਬੱਚੀ, ਉਹਨੇ ਤੁਹਾਡਾ ਕੀ ਵਿਗਾੜਿਆ? ਉਹਨੂੰ ਛੱਡ ਦਿਓ, ਉਹਨੂੰ ਕੁਛ ਨਾ ਕਹੀਓ। ਨੀਲਮ ਤੇ ਦ੍ਰਿਸ਼ਟੀ ਦੋਵਾਂ ਨੂੰ ਛੱਡ ਦਿਓ, ਮੇਰੇ ਨਾਲ ਜੋ ਕਰਨਾ ਨਾ ਕਰ ਲਓ। Z5 ਐਪ ਡਾਊਨਲੋਡ ਕਰੋ ਤੇ ਵੇਖੋ ਸਾਰੇ ਐਪੀਸੋਡ ਬਿਲਕੁਲ ਫ੍ਰੀ।